ਹੁਣ ਉਹਦੀ ਫਿਲਮ ਦੀ ਪਬਲਿਸਿਟੀ ਦਾ ਹਿੱਸਾ ਨਾ ਬਣੋ। ਇਹ ਟੈਕਟਸ ਹੁੰਦੀ ਹੈ ਇਹਨਾਂ ਦੀ ਕਿ ਅਸੀਂ ਕੁਛ ਬੋਲੀਏ, ਇਹ ਜਵਾਬ ਦੇਣ, ਕੰਟਰੋਵਰਸੀ ਕ੍ਰੀਏਟ ਹੋਵੇ, ਇਹਨਾਂ ਦੀਆਂ ਨਾ ਚੱਲਣ ਵਾਲੀਆਂ ਫਿਲਮਾਂ ਚੱਲ ਜਾਣ। ਤੁਹਾਨੂੰ ਨਹੀਂ ਪਤਾ ਇਹਨਾਂ ਦੀ ਟੈਕਟਸ ਕੀ ਹੁੰਦੀ ਹੈ। ਪਲੀਜ਼ ਇਹਨੂੰ ਰਿਐਕਟ ਨਾ ਕਰੋ। ਇਹੋ ਜਿਹਾ ਬਕਵਾਸ ਜੋ ਕਰ ਰਹੀਆਂ ਇਹ, ਇਹਨਾਂ ਦੇ ਜਵਾਬ ਆਪਣੇ ਬੜੇ ਬੰਦੇ ਦੇ ਚੁੱਕੇ ਨੇ ਬੜੇ ਵਧੀਆ ਤਰੀਕਿਆਂ ਨਾਲ। ਸੋ ਉਹਦੇ ਬਾਰੇ ਜਮਾਂ ਰਿਐਕਟ ਨਾ ਕਰੋ। ਉਹ ਚਾਹ ਰਹੀ ਹੈ ਕਿ ਫਿਲਮ ਦੀ ਪਬਲਿਸਿਟੀ ਹੋਵੇ। ਉਹਦੀ ਫਿਲਮਾਂ ਪਿਛਲੀਆਂ ਕਿਸੇ ਨੇ ਨਹੀਂ ਵੇਖੀ ਯਾਰ। ਪੰਜਾਬ, ਸਾਡਾ ਕਿਸਾਨ ਅੰਦੋਲਨ, ਸਾਡੀਆਂ ਆਪਦੀਆਂ ਚੀਜ਼ਾਂ ਕਿੱਡੀਆਂ ਵੱਡੀਆਂ ਨੇ, ਇਹ ਕੀ ਉਹਦਾ ਜਵਾਬ ਦੇਣਗੇ ਸਾਨੂੰ? ਉਹ ਬਕਵਾਸ ਕਰ ਰਹੀ ਹੈ, ਕਰਨ ਦਿਓ। ਇਹ ਪਹਿਲੀਆਂ ਆਪਦੀਆਂ ਗੱਲਾਂ ਦੀਆਂ ਮਾਫੀਆਂ ਨਹੀਂ ਮੰਗੀਆਂ ਇਹਨਾਂ ਨੇ ਸਾਰਿਆਂ। ਉਹ ਬਕਵਾਸ ਕਰ ਰਹੀ ਹੈ, ਕਰਨ ਦਿਓ। ਇਹ ਪਹਿਲੀਆਂ ਆਪਦੀਆਂ ਗੱਲਾਂ ਦੀਆਂ ਮਾਫੀਆਂ ਨਹੀਂ ਮੰਗੀਆਂ ਇਹਨਾਂ ਨੇ ਸਾਰਿਆਂ ਨੇ। ਹੋਰਾਂ ਦੇ ਵੀ ਮੈਂ ਨਾਂ ਲਾਇਆ ਦਿੰਦਾ ਕਿੰਨੇ ਬੰਦੇ ਨੇ। ਔਰ ਨਾਲੇ ਯਾਰ, ਪੰਜਾਬ, ਸਾਡਾ ਕਿਸਾਨ ਅੰਦੋਲਨ, ਸਾਡੀਆਂ ਆਪਦੀਆਂ ਚੀਜ਼ਾਂ ਕਿੱਡੀਆਂ ਵੱਡੀਆਂ ਨੇ, ਇਹ ਕੀ ਉਹਦਾ ਜਵਾਬ ਦੇਣਗੇ ਸਾਨੂੰ? ਸੋ ਉਹਦੇ ਬਾਰੇ ਜਮਾਂ ਰਿਐਕਟ ਨਾ ਕਰੋ। ਉਹ ਚਾਹ ਰਹੀ ਹੈ ਕਿ ਫਿਲਮ ਦੀ ਪਬਲਿਸਿਟੀ ਹੋਵੇ। ਉਹਦੀ ਫਿਲਮਾਂ ਪਿਛਲੀਆਂ ਕਿਸੇ ਨੇ ਨਹੀਂ ਵੇਖੀਆਂ। ਹੁਣ ਉਹ ਕੀ ਸਾਬਤ ਕਰਨਾ ਚਾਹੁੰਦੀ ਹੈ ਕਿ ਇੱਕ ਮਾਈਨੋਰਿਟੀ ਨੇ ਮੇਰਾ ਵਿਰੋਧ ਕਰ ਰਹੀ ਹੈ, ਇਸ ਲਈ ਮੈਜੋਰਿਟੀ ਮੇਰੇ ਨਾਲ ਖੜੀ ਹੋ ਜਾਏ? ਤੁਹਾਨੂੰ ਨਹੀਂ ਪਤਾ ਇਹਨਾਂ ਦੀ ਟੈਕਟਿਸ ਕੀ ਹੁੰਦੀ ਹੈ? ਪਲੀਜ਼ ਇਹਨੂੰ ਰਿਐਕਟ ਨਾ ਕਰੋ। ਇਹੋ ਜਿਹਾ ਬਕਵਾਸ ਜੋ ਕਰ ਰਹੀਆਂ ਇਹ, ਇਹਨਾਂ ਦੇ ਜਵਾਬ ਆਪਣੇ ਬੜੇ ਬੰਦੇ ਦੇ ਚੁੱਕੇ ਨੇ ਬੜੇ ਵਧੀਆ ਤਰੀਕਿਆਂ ਨਾਲ। ਨੋਟ ਰਿਐਕਟਡ। ਹਾਂ, ਜੇ ਕਿਤੇ ਇਹਦੇ ਬਾਰੇ ਕੁਛ ਕਹਿਣਾ ਹੋਇਆ, ਰਿਐਕਟ ਕਰਨਾ, ਉਹ ਬਾਅਦ 'ਚ ਕਰੀ ਜਾਇਓ ਜੇ ਜੋ ਬੋਲਣਾ ਹੋਇਆ ਇਹਦੇ ਲਈ। ਹੁਣ ਉਹਦੀ ਫਿਲਮ ਦੀ ਪਬਲਿਸਿਟੀ ਦਾ ਹਿੱਸਾ ਨਾ ਬਣੋ। ਇਹ ਟੈਕਟਸ ਹੁੰਦੀ ਹੈ ਇਹਨਾਂ ਦੀ ਕਿ ਅਸੀਂ ਕੁਛ ਬੋਲੀਏ, ਇਹ ਜਵਾਬ ਦੇਣ, ਕੰਟਰੋਵਰਸੀ ਕ੍ਰੀਏਟ ਹੋਵੇ, ਇਹਨਾਂ ਦੀਆਂ ਨਾ ਚੱਲਣ ਵਾਲੀਆਂ ਫਿਲਮਾਂ ਚੱਲ ਜਾਣ। ਨੋਟ ਰਿਐਕਟਡ। ਔਰ ਇਹ ਕਹਿ ਸਕੇ, ਦੇਖੋ ਜੀ, ਮਾਈਨੋਰਿਟੀ ਮੈਨੂੰ ਤੰਗ ਕਰ ਰਹੀ ਹੈ, ਮੈਜੋਰਿਟੀ ਮੇਰੇ ਨਾਲ ਆਵੇ। ਉਸ ਪਬਲਿਸਿਟੀ ਦਾ ਹਿੱਸਾ ਨਾ ਬਣੋ। ਇਹ ਇਹਨਾਂ ਦੀ ਇੱਕ ਗੰਦੀ ਸਕੀਮ ਹੈ ਜਿਹਦੇ ਤਹਿਤ ਇਹ ਜਾਣ ਬੁੱਝ ਕੇ ਇਹੋ ਜਿਹੇ ਬਿਆਨ ਦਿੰਦੇ ਨੇ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ, ਮੇਰੀ ਮੀਡੀਆ ਨੂੰ ਵੀ ਹੱਥ ਜੋੜ ਬੇਨਤੀ ਹੈ, ਜਿਹੜਾ ਪੰਜਾਬ ਪੱਖੀ, ਪੰਜਾਬ ਦੇ ਹੱਕ 'ਚ ਖੜਨ ਵਾਲਾ ਕੋਈ ਵੀ ਹੋਵੇ, ਚਾਹੇ ਉਹ ਹਿੰਦੂ ਹੋਣ, ਸਿੱਖ ਹੋਣ, ਮੁਸਲਿਮ ਹੋਣ, ਜਾਂ ਜੋ ਵੀ ਬਾਕੀ ਈਸਾਈ ਭਾਈਚਾਰਾ ਹੋਵੇ, ਪਲੀਜ਼ ਨੋਟ ਰਿਐਕਟਡ। ਇਹ ਜਾਣ ਬੁੱਝ ਕੇ ਇੱਕ ਟੈਕਟਸ ਦੇ ਤਹਿਤ ਕੀਤਾ ਜਾ ਰਿਹਾ। ਮੈਂ ਆਪਦਾ ਕੰਮ ਬੰਦ ਕਰਕੇ ਸਿਰਫ ਇਸੇ ਲਈ ਤੁਹਾਨੂੰ ਇਹ ਮੈਸੇਜ ਕਨਵੇ ਕਰ ਰਿਹਾ। ਮੈਂ ਚੈਨਲਾਂ ਨੂੰ ਵੀ ਭੇਜ ਰਿਹਾ ਇਹ। ਜਿਹੜੇ ਬੰਦੇ ਮੈਨੂੰ ਫੋਨ ਕਰ ਰਹੇ ਆ, ਜਰਨਲਿਸਟ, ਮੈਂ ਉਹਨਾਂ ਨੂੰ ਵੀ ਕਹਿ ਰਿਹਾ ਕਿ ਯਾਰ, ਇਹ ਜਿਹੇ ਟੁੱਚਿਆਂ ਬੰਦਿਆਂ ਲਈ ਮੇਰੇ ਕੋਲ ਟਾਈਮ ਨਹੀਂ, ਮੈਂ ਰਿਐਕਟ ਕਰਾਂ। ਐਡੀਆਂ ਵੱਡੀਆਂ ਹਿਸਟੋਰੀਕਲ ਗੱਲਾਂ ਹੋਈਆਂ ਨੇ, ਉਹਨਾਂ ਨੂੰ ਅਸੀਂ ਇਹਨਾਂ ਦੇ ਜਵਾਬ ਦੇਣ ਬੈਠਾਂਗੇ? ਜਿਨ੍ਹਾਂ ਨੂੰ ਇੱਕ ਸ਼ਬਦ ਨਹੀਂ ਬੋਲਣਾ ਆਉਂਦਾ ਗਾ, ਜਿਨ੍ਹਾਂ ਨੇ ਜ਼ਿੰਦਗੀ ਦਾ, ਦੁਨੀਆ ਦੀ ਫਲਸਫੇ ਤੋਂ ਲੈ ਕੇ ਕੋਈ ਹੋਰ ਗੱਲਾਂ ਦਾ ਏ ਤੋਂ ਬੀ ਨਹੀਂ ਪਤਾ ਗਾ। ਇਹ ਅੰਦੋਲਨ ਕਹਿੰਦੇ ਨੇ ਨਾ, ਇਹਨਾਂ ਨੂੰ ਅੰਦੋਲਨ ਦੀ ਡੈਫੀਨੇਸ਼ਨ ਪਤਾ ਹੈ? ਕੀ ਪਤਾ ਇਹਨਾਂ ਨੂੰ? ਅਸੀਂ ਕਿਉਂ ਇਹੋ ਜਿਹੇ ਗਏ ਗੁਜ਼ਰੇ ਲੋਕਾਂ ਨੂੰ ਰਿਐਕਟ ਕਰੀਏ? ਉਹ ਵੀ ਪੰਜਾਬ ਦਾ ਨਾਂ ਲੈ ਕੇ